ਸਸਰੀਆ ਕਾਲਜੀ ਸਾਰਿਆਂ ਨੂੰ ਕੰਬੋਜ ਰੈਕords ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਤੁਹਾਨੂੰ ਕਰਨ ਉਜਲਾ ਦੇ ਬਾਰੇ ਦੋ ਬਹੁਤ ਹੀ ਵੱਡੀਆਂ ਅਪਡੇਟਸ ਦੇਖਣ ਨੂੰ ਮਿਲਣਗੀਆਂ ਸਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ BTFU ਜ਼ਰੂਰ ਲਿਖਿਓ ਚਲੋ ਸ਼ੁਰੂ ਕਰਦੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 15 ਤਰੀਕ ਨੂੰ ਕਰਨ ਓਜਲਾ ਦੀ ਪੂਰੀ ਐਲਬਮ ਰਿਲੀਜ਼ ਹੋਣੀ ਹੈ ਤੇ ਉੱਥੇ ਹੀ ਕਰਨ ਓਜਲਾ ਦੀ ਪੂਰੀ ਟੀਮ ਅੱਜ ਇੰਸਟਾਗ੍ਰam ਉੱਤੇ ਬਹੁਤ ਹੀ ਜ਼ਿਆਦਾ ਐਕਟਿਵ ਹੈ ਤੇ ਬਹੁਤ ਸਾਰੀਆਂ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਸੰਦੀਪ ਰਹਿਣ ਦੇ ਵੱਲੋਂ ਵੀ ਇੰਸਟਾਗ੍ਰam ਦੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਹੈ BTFU ਟੂਮੋਰੋ ਇੰਡੀਆ ਟਾਈਮ 12 ਵਾਈ ਗੁਰੂ ਮੇਰ ਕਰੇ ਹਾਂਜੀ ਇਸ ਸਟੋਰੀ ਦੇ ਨਾਲ ਸੰਦੀਪ ਰਹਿਣ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਰਨ ਊਜਲਾ ਦੀ ਪੂਰੀ ਐਲਬਮ ਕੱਲ 12 ਵਜੇ ਰਿਲੀਜ਼ ਹੋਣੀ ਹੈ ਪਰ ਇਸ ਸਟੋਰੀ ਵਿੱਚ ਸੰਦੀਪ ਰਹਿਣ ਦੇ ਵੱਲੋਂ ਇਹ ਨਹੀਂ ਲਿਖਿਆ ਗਿਆ ਕਿ ਕਰਨ ਊਜਲਾ ਦੀ ਐਲਬਮ 12 ਪੀਐਮ ਤੇ ਰਿਲੀਜ਼ ਹੋਣੀ ਹੈ ਜਾਂ ਫਿਰ 12 ਏਐਮ ਤੇ ਜਿਸ ਤੋਂ ਬਾਅਦ ਬਹੁਤ ਸਾਰੇ ਫੈਨ ਪੇजेस ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕਰਨ ਊਜਲਾ ਦੀ ਪੂਰੀ ਐਲਬਮ ਅੱਜ ਰਾਤੀ 12 ਵਜੇ ਸਪੋਟੀਫਾਈ ਤੇ ਆਈਟਿਊਨਸ ਉੱਤੇ ਰਿਲੀਜ਼ ਕੀਤੀ ਜਾਣੀ ਹੈ ਪਰ ਇਸ ਬਾਰੇ ਆਪਾਂ ਕੁਝ ਨਹੀਂ ਕਹਿੰਦੇ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਉੱਥੇ ਹੀ ਤੁਹਾਨੂੰ ਸਾਰਿਆਂ ਹੁਣ ਕਰਨ ਉਜਲਾ ਦੀ ਪੂਰੀ ਐਲਬਮ ਆਈਟਿਊਨਸ ਉੱਤੇ ਸ਼ੋਅ ਹੋ ਰਹੀ ਹੈ ਜਿਸ ਨੂੰ ਕਿ ਤੁਸੀਂ ਪ੍ਰੀ ਆਰਡਰ ਕਰ ਸਕਦੇ ਹੋ ਹੁਣ ਵੱਧਦੇ ਆਪਣੀ ਦੂਜੀ ਤੇ ਲਾਸਟ ਅਪਡੇਟ ਵੱਲ ਹਾਂਜੀ ਜਿਵੇਂ ਕਿ ਤੁਹਾਨੂੰ ਸਾਰ ਨੂੰ ਆਪਾਂ ਪਹਿਲਾਂ ਵੀ ਦੱਸਿਆ ਕਿ ਅੱਜ ਕਰਨ ਉਜਲਾ ਦੀ ਪੂਰੀ ਟੀਮ ਵੱਲੋਂ ਇੰਸਟਾਗ੍ਰam ਦੇ ਉੱਤੇ ਬਹੁਤ ਸਾਰੀਆਂ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਤੇ ਉਦਾਂ ਹੀ ਅੱਜ ਦੀਪ ਰਿਹਾਨ ਦੇ ਵੱਲੋਂ ਵੀ ਇੰਸਟਾਗ੍ਰਾਮ ਦੇ ਉੱਤੇ ਇੱਕ ਸਟੋਰੀ ਸ਼ੇਅਰ ਕਰਕੇ ਕਰਨ ਓਜਲਾ ਦੇ ਅਗਲੇ ਆਉਣ ਵਾਲੇ ਗਾਣੇ ਬਾਰੇ ਵੱਡੀ ਅਪਡੇਟ ਦੇ ਦਿੱਤੀ ਗਈ ਹੈ ਤੇ ਉੱਥੇ ਹੀ ਤਾਂ ਉਹ ਸਾਰਨ ਦੱਸਦੀ ਹੈ ਕਿ ਸਪੀਡ ਡਾਇਰੈਕਟਸ ਦੇ ਵੱਲੋਂ ਅੱਜ 6 ਵਜੇ ਕਰਨ ਓਜਲਾ ਦੇ ਨਵੇਂ ਆਉਣ ਵਾਲੇ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਜਾ ਸਕਦਾ ਹੈ ਤੇ ਬਾਕੀ ਜੋ ਜਾਣਨਾ ਚਾਹੁੰਦੇ ਨੇ ਕੱਲ ਕਰਨ ਓਜਲਾ ਦਾ ਕਿਹੜਾ ਗਾਣਾ ਰਿਲੀਜ਼ ਹੋਣ ਵਾਲਾ ਹੈ ਉਸ ਬਾਰੇ ਆਪਾਂ ਪੂਰੀ ਅਪਡੇਟ ਦਿੱਤੀ ਹੈ ਪਿਛਲੀ ਵੀਡੀਓ ਵਿੱਚ ਤੇ ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੇਖਣ ਨੂੰ ਮਿਲ ਜਾਵੇਗਾ ਬਾਕੀ ਐਲਬਮ ਬਾਰੇ ਸਾਰੀਆਂ ਅਪਡੇਟਸ ਜਾਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਤੇ ਜਰੂਰ ਕਲਿੱਕ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਚੰਗਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ